ਸਤਿਕਾਲ ਜੀ। ਇੰਨਾ ਵੀ ਇੰਟਰਸਟਿੰਗ ਲੈ ਕੇ ਆਇਆ ਜੀ ਵੀਡੀਓ ਇੱਕ ਹੋਰ ਤੁਹਾਡੇ ਲਈ। ਇਹਦੇ ਵਿੱਚ ਜੀ ਜ਼ਿਮੀਂਦਾਰ ਦਾ ਦੁੱਖ ਹੀ ਦੱਸਣ ਲੱਗਾ ਜੀ। ਉਹ ਦੇਖੋ ਜੀ, ਇਹ 17-18 ਕਿੱਲੇ ਇੱਧਰ ਵਾ ਜੀ, ਇਹ ਸਾਰੇ ਪਾਣੀ 'ਚ ਜੀ ਪੀਲੀ ਫਿਰ ਗਈ ਕਣਕ। ਉਹ ਦੇਖੋ ਜੀ, ਪਾਣੀ ਛੱਪੜ ਲੱਗੇ ਪਏ ਆ। ਉਹ ਦੇਖੋ ਜੀ, ਕਾਲੀਆਂ ਆਉਂਦੀਆਂ। ਇਹ ਵਿਚਾਰਿਆਂ ਨੇ ਠੇਕੇ ਲਾਈ ਹੋਏ ਵੀ ਘੱਟੋ ਘੱਟ ਇਹਦੇ 15-20 ਕਿੱਲੇ ਡੁੱਬ ਗਏ ਆ ਜੀ। ਆਹ ਦੇਖੋ ਪਾਣੀ 'ਚ ਸਾਰੇ, ਆਹ ਪਾਣੀ ਆ ਜੀ ਮੀਂਹ ਦਾ, ਜਿਹੜੀਆਂ ਝੜੀਆਂ ਲੱਗਦੀਆਂ ਜੀ ਬਰਸਾਤ ਦੀਆਂ। ਦੇਖੋ ਜੀ, ਨਵੀਂ ਕਣਕ ਬੀਜੀ ਜੀ, ਆਹ ਪਰੇ ਪਰੇ ਤਾਂ ਜੀ ਪਾਣੀ ਪਾਣੀ ਆ ਜੀ, ਜਿੱਥੇ ਤਾਂ ਜੀ ਨਿਗਾਹ ਜਾਂਦੀ ਆ ਜੀ, ਇਹ ਸਾਰਾ ਪਾਣੀ 'ਚ ਹੀ ਆ ਜੀ। ਦੇਖੋ ਜੀ, ਛੱਪੜੇ ਲੱਗਾ ਜੀ, ਕੀ ਕਰ ਲਓ ਜ਼ਿਮੀਂਦਾਰ ਜੀ ਇਹਦੇ ਵਿੱਚ ਹੁਣ। ਹਾਂ ਦੇਖੋ ਜੀ, ਪਾਣੀ ਪਾਣੀ ਆ ਜੀ, ਲੋਕ ਕਹਿੰਦੇ ਜ਼ਿਮੀਂਦਾਰ ਨੂੰ ਵਾਜਦਾ ਬਹੁਤ ਆ। ਆਹ ਵਾਜਦਾ ਜੀ ਜਦੋਂ ਜ਼ਿਮੀਂਦਾਰ ਦੇ, ਹੁਣ 35,000 ਨੂੰ ਠੇਕਾ ਲਿਆ ਦੇਣਾ ਆ ਜੀ ਕਿੱਲੇ ਦਾ, ਜੇ 30,000 ਨੂੰ ਵੀ ਮੰਨ ਲਈਏ, ਇਹ 15 ਕਿੱਲੇ ਖਰਾਬ ਹੋ ਗਏ ਆ ਜੀ। ਹੁਣ 15-20 ਲਾ ਲਓ ਤਾਂ 30 ਨਾਲ ਗੁਣਾ ਕਰ ਲਿਓ ਜੀ, ਕਿੰਨਾ ਨੁਕਸਾਨ ਹੋਇਆ ਅਗਲੇ ਦਾ, ਤਾਂ ਕਿੰਨਾ ਠੇਕਾ ਉਹਦੇ ਗਲ ਪਿਆ। ਜਿਹੜਾ ਬੀਜ ਪਾਇਆ ਢੇਰ ਪਾਇਆ ਉਹਦਾ ਕੋਈ ਅਰਥ ਹੀ ਨਹੀਂ ਆਇਆ ਜੀ। 11-1200 ਦਾ ਬੋਰਾ ਆਇਆ ਜੀ ਇੱਕ ਡਾਏ ਦਾ। ਆਹ ਥੋੜ੍ਹੀ ਜਿਹੀ ਬਚਾ ਆ ਜੀ, ਪਰ ਵਿੱਚੋਂ ਪੀਲੀ ਪਈ ਹੋਈ ਆ ਜੀ, ਧੜੀਆਂ ਆ ਜੀ, ਆਹ ਤਾਂ ਜਮਾਂ ਹੀ ਬਸ ਆ ਜੀ। ਹਾਂ ਦੇਖੋ ਜੀ, ਸਾਰੇ ਪਾਣੀ ਪਾਣੀ ਆ ਜੀ, ਇਹ ਛੱਪੜ ਲੱਗੇ ਪਏ ਆ ਜੀ। ਇਹਨੂੰ ਕਿਸੇ ਸਪਰੇਅ ਨੇ ਅਸਰ ਨਹੀਂ ਕਰਨਾ, ਕਿਸੇ ਨੇ ਕੁਛ ਨਹੀਂ ਕਰਨਾ ਜੀ, ਪਾਣੀ ਦੇ ਛੱਪੜ ਲੱਗੇ ਹੋਏ ਜੇ ਕੋਈ ਕਹੇ ਵੀ ਹੈ ਨਹੀਂ। ਹਾਂ ਦੇਖੋ, ਇਹਨੂੰ ਕਹਿੰਦੇ ਜੀ ਬਰਸਾਤ ਝੜੀਆਂ, ਬਹੁਤ ਦੂਰ ਤਾਂ ਆ ਜੀ। ਦੇਖੋ ਜੀ, ਹੜ੍ਹਾਂ ਦੇ ਨਾਲ ਪਾਣੀ ਚਮਕਦਾ ਆ ਜੀ, ਤਾਂ ਕੀ ਕਰੂਗਾ ਜ਼ਿਮੀਂਦਾਰ ਹੁਣ ਇੱਥੇ ਜੀ। ਇੱਧਰ ਵੀ ਆਉਂਦੇ ਕੋਈ ਪਾਣੀ ਚਮਕਦਾ, ਖੜ੍ਹੇ ਆ ਪਾਣੀ ਜੀ।